श्रोमणी गुरुद्वारा प्रबंधक कमेटी SGPC ਉਹਦਾ ਨਾਮ ਬਦਲ ਕੇ ਹੁਣ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੋ ਗਿਆ। ਆ ਨਾਸਤਿਕ ਬੰਦਾ ਹੈ, ਇਹਨੂੰ ਕਿਸੇ ਗੁਰੂ ਨਾਲ ਲਗਾ ਨਹੀਂ। ਉਹਨੂੰ ਐਂ ਨਹੀਂ ਪਤਾ ਕਿ ਜੇ ਅੱਜ ਇਹ ਕੁਰਸੀ 'ਚ ਬੈਠਾ ਹੈ ਆ ਪਰਮਾਤਮਾ ਦੀ ਬਖਸ਼ਿਸ਼ ਕਰਕੇ ਬੈਠਾ ਹੈ। ਅਤੇ ਉੱਥੇ ਲਿਖ ਦਿਓ ਸਿਰਫ ਮੱਥਾ ਟੇਕਣ ਲਈ ਆਓ, ਆਸ਼ੀਰਵਾਦ ਲੈ ਕੇ ਜਾਓ, ਪੈਸੇ ਨਹੀਂ ਟੇਕਣੇ। ਅੱਧਿਆਂ ਤੋਂ ਵੱਧ ਸ਼੍ਰੋਮਣੀ ਕਮੇਟੀ ਵਾਲੇ ਮੈਂਬਰ ਜਿਹੜੇ ਨੇ ਅਸਤੀਫਾ ਦੇ ਦੇਣਗੇ। ਛੱਡੋ ਪਰੇ ਗੋਲਕਾਂ ਦਾ ਚੱਕੀ ਦਿੱਤੀ ਹੈ। ਤੁਰੰਤ ਇਸ ਗੱਲ ਦੀ ਮਾਫ਼ੀ ਮੰਗੇ ਔਰ ਇਸ ਤੋਂ ਜਿਹੜਾ ਹੈਗਾ ਇਹ ਬਿਆਨ ਵਾਪਸ ਲਵੇ। ਚਰਚਾ ਜਿਹੜਾ ਲੋਕਾਂ 'ਚ ਨੈਰੇਟਿਵ ਬਣ ਗਿਆ ਉਹ ਉਸ ਪਾਸੇ ਮੁੱਖ ਮੰਤਰੀ ਜੀ ਦਾ ਇਸ਼ਾਰਾ ਸੀ, ਅਦਰਵਾਈਜ਼ ਸਾਡਾ ਕੋਈ SGPC ਨੂੰ ਡੀਫੇਮ ਕਰਨ ਦਾ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ SGPC ਗੁੱਸੇ 'ਚ ਹੈ। ਆਮ ਆਦਮੀ ਪਾਰਟੀ ਨੇ ਸਫਾਈ ਵੀ ਦਿੱਤੀ ਹੈ ਕਿ ਆਖਿਰ ਮਾਨ ਦੇ ਬਿਆਨ ਦਾ ਮਕਸਦ ਕੀ ਸੀ, ਪਰ SGPC ਅੜ ਗਈ ਹੈ ਕਿ ਮਾਨ ਮੁਆਫੀ ਮੰਗਣ। 5 ਜਨਵਰੀ ਨੂੰ SGPC ਦਾ ਵਫਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮਿਲਣ ਪਹੁੰਚਿਆ, ਮੁੱਖ ਮੰਤਰੀ ਦੇ ਬਿਆਨ ਦੇ ਵਿਰੋਧ ਵਜੋਂ ਮੰਗ ਪੱਤਰ ਸੌਂਪਿਆ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਕਾਰਵਾਈ ਦੀ ਚੁਣੌਤੀ ਵੀ ਦੇ ਆਏ। ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਗੋਲਕ ਦੇ ਸਿਧਾਂਤ ਨੇ ਕਟਾਕਸ਼ ਕੀਤਾ ਤੇ ਇਹਨੂੰ ਇੰਨੀ ਹਾਠ ਜਿੱਦ ਨਹੀਂ ਕਰਨਾ ਚਾਹੀਦਾ। ਇਹਨੂੰ ਮਾਫ਼ੀ ਹੁਣ ਤੱਕ ਮੰਗ ਲੈਣੀ ਚਾਹੀਦੀ ਸੀ ਤੇ ਜੇ ਨਾ ਮੰਗੂਗਾ ਫਿਰ ਜਿਸ ਤਰ੍ਹਾਂ ਜੋ ਕਾਨੂੰਨੀ ਚਾਰਾ ਜੋਈ ਉਹ ਵੀ ਕਰਾਂਗੇ ਤੇ ਸੰਗਤ ਦੇ ਵਿੱਚ ਇਹਦੀ ਥੂ ਥੂ ਹੋ ਹੀ ਰਹੀ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਵੀ ਇਹਦਾ ਜਿਹੜਾ ਹੁਣ ਡਾਊਨਫਾਲ ਸ਼ੁਰੂ ਹੋ ਗਿਆ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਵਿਵਾਦ ਹੈ ਤਾਂ ਵਿਰੋਧੀ ਧਿਰਾਂ ਇਹ ਮੌਕਾ ਕਿਵੇਂ ਖੁੰਝਣ ਦਿੰਦੀਆਂ? ਸੁਖਬੀਰ ਸਿੰਘ ਬਾਦਲ ਨੂੰ ਤਾਂ ਭਗਵੰਤ ਮਾਨ ਸਿੱਖ ਸਿਧਾਂਤਾਂ ਤੋਂ ਅਣਜਾਣ ਲੱਗਦੇ ਨੇ। ਵੈਸੇ ਅੱਗੋਂ ਸਰਕਾਰ ਨੇ ਵੀ ਪੱਖ ਪੇਸ਼ ਕੀਤਾ ਕਿ ਮੁੱਖ ਮੰਤਰੀ ਦੇ ਬਿਆਨ ਦੇ ਮਾਇਨੇ ਕੀ ਨੇ। ਜਿਹੜਾ ਮੁੱਖ ਮੰਤਰੀ ਹੈ ਭਗਵੰਤ ਮਾਨ, ਮੈਨੂੰ ਲੱਗਦਾ ਇਹਨੂੰ ਸਿੱਖ ਸਿਧਾਂਤਾਂ ਦਾ, ਸਿੱਖ ਮਰਿਆਦਾ ਦਾ ਕੋਈ ਪਤਾ ਹੀ ਨਹੀਂ। ਜਿਹੜਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ, ਉਹਨੂੰ ਕੀ ਪਤਾ ਗੁਰੂ ਘਰ ਦੀ ਕੀਮਤ ਹੈ? ਆ ਨਾਸਤਿਕ ਬੰਦਾ ਹੈ, ਇਹਨੂੰ ਕਿਸੇ ਗੁਰੂ ਨਾਲ ਲਗਾ ਨਹੀਂ। ਉਹਨੂੰ ਐਂ ਨਹੀਂ ਪਤਾ ਕਿ ਜੇ ਅੱਜ ਇਹ ਕੁਰਸੀ 'ਚ ਬੈਠਾ ਹੈ ਆ ਪਰਮਾਤਮਾ ਦੀ ਬਖਸ਼ਿਸ਼ ਕਰਕੇ ਬੈਠਾ ਹੈ। ਪਰ ਜੈ ਜੀਆਂ ਦੀਆਂ ਕਰਤੂਤਾਂ ਹੈ, ਜਦੋਂ ਦਾ ਹੰਕਾਰ ਜਦੋਂ ਦਾ ਆਇਆ ਮੁੱਖ ਮੰਤਰੀ ਬਣਿਆ ਇੰਨਾ ਹੰਕਾਰੀ ਬਣ ਗਿਆ, ਐਜੇ ਵਾਹਦ ਐਜੇ ਮਾੜੇ ਬਿਆਨ ਦੇ ਰਿਹਾ, ਮੈਨੂੰ ਲੱਗਦਾ ਸ਼ੋਭਾ ਨਹੀਂ ਦਿੰਦਾ ਕਿ ਜਿਸ ਪੋਸਟ 'ਤੇ ਬੈਠਾ। ਉਹਨੂੰ ਪਤਾ ਹੀ ਨਹੀਂ ਕਿ ਹੋ ਕੀ ਰਿਹਾ ਪੰਜਾਬ 'ਚ। ਅਤੇ ਮੁੱਖ ਮੰਤਰੀ ਦੀ ਸੇਵਾ ਕਰਨ ਦੀ ਬਜਾਏ ਅੱਜ ਪੰਜਾਬ ਨੂੰ ਉਹਨੇ ਬਰਬਾਦ ਕਰ ਦਿੱਤਾ। ਸਭ ਤੋਂ ਨਲਾਇਕ ਮੁੱਖ ਮੰਤਰੀ ਜੇ ਅੱਜ ਹਿੰਦੁਸਤਾਨ ਦੇ ਇਤਿਹਾਸ ਦੇਖੀਏ ਕਿਸੇ ਵੀ ਸੂਬੇ 'ਚ ਸਭ ਤੋਂ ਨਲਾਇਕ ਬੰਦਾ ਆਪਣੇ ਪੱਲੇ ਪਿਆ। ਮੈਨੂੰ ਤਾਂ ਅੱਜ ਦੁੱਖ ਹੈ ਕਿ 5 ਸਾਲ ਟੱਪਣਗੇ ਕੀ। ਜੇ ਗੁਰੂ ਘਰ ਦੇ ਅੱਗੋਂ ਜਾਂ ਫੋਰ ਦੈਟ ਮੈਟਰ ਕਿਸੇ ਵੀ ਆਪਾਂ ਤੀਰਥ ਸਥਾਨ ਦੇ ਅੱਗੋਂ ਜੇ ਗੋਲਕ ਚੱਕ ਦਈਏ ਤੇ ਸ਼ਾਇਦ ਜਿਹੜੇ ਪ੍ਰਬੰਧਕ ਕਮੇਟੀਆਂ ਨੇ ਹੋਰ ਨੇ ਉਹਨਾਂ ਦਾ ਇੰਟਰਸਟ ਘੱਟ ਜਾਏਗਾ। ਤੇ ਇਹਦੇ 'ਚ ਗਲਤ ਕੀ ਹੈ, ਇਹਦੇ 'ਚ ਗਲਤ ਕੀ ਹੈ? ਤੁਸੀਂ ਜਿੰਨਾ ਮੈਂ ਸਮਝਦਾ ਕਿ ਚਾਹੇ ਕੋਈ ਵੀ ਸੰਸਥਾ ਜੇ ਉਹਦਾ ਕੰਮ ਜਿਹੜਾ ਹੋਣਾ ਚਾਹੀਦਾ ਉਹ ਪ੍ਰਚਾਰ ਦਾ ਅਤੇ ਪ੍ਰਸਾਰ ਦਾ ਹੋਣਾ ਚਾਹੀਦਾ, ਜਿਹੜਾ ਫੰਡਿੰਗ ਹੈ ਉਹ ਸੈਕੰਡਰੀ ਹੋਣੀ ਚਾਹੀਦੀ ਹੈ, ਇਹ 'ਚ ਗਲਤ ਕੀ ਹੈ? ਹੁਣ ਜ਼ਰਾ ਮੁੱਖ ਮੰਤਰੀ ਦਾ ਉਹ ਬਿਆਨ ਵੀ ਸੁਣ ਲਵੋ ਜਿਸ ਨਾਲ ਉਹਨਾਂ ਨੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਵਿਵਾਦ ਸਹੇੜ ਲਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਉਹਦਾ ਨਾਮ ਬਦਲ ਕੇ ਹੁਣ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੋ ਗਿਆ। ਤੁਸੀਂ ਐਂ ਕਰੋ, ਸ਼ਰਤ ਲਾ ਲਓ ਮੇਰੇ ਨਾਲ, ਜਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬ ਨੇ ਉਹਨਾਂ 'ਚੋਂ ਗੋਲਕਾਂ ਚੱਕ ਦਿਓ ਅਤੇ ਉੱਥੇ ਲਿਖ ਦਿਓ ਸਿਰਫ ਮੱਥਾ ਟੇਕਣ ਲਈ ਆਓ, ਆਸ਼ੀਰਵਾਦ ਲੈ ਕੇ ਜਾਓ, ਪੈਸੇ ਨਹੀਂ ਟੇਕਣੇ। ਅੱਧਿਆਂ ਤੋਂ ਵੱਧ ਸ਼੍ਰੋਮਣੀ ਕਮੇਟੀ ਵਾਲੇ ਮੈਂਬਰ ਜਿਹੜੇ ਨੇ ਅਸਤੀਫਾ ਦੇ ਦੇਣਗੇ। ਛੱਡੋ ਪਰੇ ਗੋਲਕਾਂ ਦਾ ਚੱਕੀ ਦਿੱਤੀ ਹੈ, ਸੱਚੀ ਗੱਲ ਹੈ ਨਾ? ਹਾਂ, ਇੱਥੋਂ ਹੀ ਚੁਕਾ ਦਿਓ, ਹਾਂ ਸਾਰਾ ਕਾਲਜ ਬਣ ਜਾਓ ਉਹਦੀ ਨਾਲੇ, ਆਹ ਪੰਗਾ ਇਹਨਾਂ ਦਾ। ਮੈਂ ਸੱਚ ਬੋਲ ਦਿੰਦਾ, ਮੈਂ ਲੋਕਾਂ ਨੂੰ ਦੱਸ ਦੇਣਾ, ਕਹਿੰਦਾ ਦੱਸਦਾ ਕਿਉਂ ਹੈ ਤੂੰ? ਇੱਕ ਹੋਰ ਦੁੱਖ ਹੈ, ਆਮ ਘਰਾਂ ਦੇ ਲੋਕ ਧੀਆਂ ਪੁੱਤ ਕਿਉਂ ਸਾਡੀਆਂ ਕੁਰਸੀਆਂ 'ਤੇ ਬਹਿ ਗਏ? ਅਤੇ ਬਹਿ ਕੇ ਕੁਰਸੀਆਂ 'ਤੇ ਤਾਂ ਸਰਕਾਰਾਂ ਚਲਾਉਣੀਆਂ ਵੀ ਜਾਣਦੇ ਨੇ। ਮੁੱਖ ਮੰਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੋਲਕ ਪ੍ਰਬੰਧਕ ਕਮੇਟੀ ਕਹਿ SGPC ਦੇ ਮੈਂਬਰਾਂ ਤੇ ਵੀ ਸਵਾਲ ਖੜੇ ਕਰ ਦਿੱਤੇ ਸਨ ਅਤੇ ਹੁਣ ਮੁੱਖ ਮੰਤਰੀ ਨੂੰ ਜਵਾਬ ਮਰਿਆਦਾ ਚੇਤੇ ਕਰਵਾ ਕੇ ਦਿੱਤਾ ਜਾ ਰਿਹਾ। ਕੋਈ ਤਨਖਾਹ ਨਹੀਂ ਲੈਂਦੇ ਹੈਗੇ, ਕੋਈ ਸੇਵਾ ਨਹੀਂ ਲੈਂਦੇ ਹੈਗੇ, ਆਪਣੀਆਂ ਗੱਡੀਆਂ ਲੈਂਦੇ ਨੇ,
अपना जिहड़ा हैगा उन्हां दा तेल हुंदा है और गुरु घर दे और गुरु दरबार दी सेवा करदे हैगे आ। सिख संगतां जिहड़ियां ने प्यार दे नाल श्रद्धा दे नाल गुरु रामदास जी पातशाह दरबार दे विच आ करके मत्था टेकदियां ने, भेटावां करदियां ने और इन्हां भेटावां दे नाल वड्डे वड्डे लंगर चलदे आ और श्रोमणी कमेटी जिहड़ी पूरे हिंदुस्तान दे विच जिथे वी किते करोपी आउंदी आ, जिथे कोई कुदरती करोपी आउंदी आ, चाहे हड़ आ गया, चाहे कोई होर कोई मुसीबत आ गई आ, सब तो पहला श्रोमणी कमेटी जिहड़ी हैगी आ उह सेवा वास्ते पहुँचदी आ। पिछे जिहड़ा तुसीं वेख्या होगा कोविड के समय के सरकारां ने हथ खड़े कर दिते सी, लेकिन श्रोमणी कमेटी ने उस गुरु की गोलक के नाल लोगों की भुखे ढिड सेवा की है, कपड़िया की सेवा की है और ये जिहड़े लंगर जिहड़े सेवा बड़े बड़े लंगर चलते हैं, हस्पताल चलते हैं, स्कूल कॉलेज चलते हैं, 30,000 मुलाजम श्रोमणी कमेटी का जिहड़ा हैगा। मुख्यमंत्री भगवंत मान ने बयान 9वें साल मौके 1 जनवरी नूं संगरूर दे विच दित्ता सी। 1 जनवरी नूं सीएम मान मस्तुआना साहब पहुंचे सन। इत्थे बनण वाले मेडिकल कॉलेज बाबत मुख्यमंत्री मान बोल रहे सी क्योंकि जिस जगह मस्तुआना साहब दे विच मेडिकल कॉलेज बनना सी उस जमीन नूं लेके विवाद खड़ा हो गया। जमीन ते एसजीपीसी ने अपना हक जताया, नतीजा मुद्दा अदालत दे विच है ते मेडिकल कॉलेज बनण दा मामला अटक गया। इसे मसले ते जारी तकरीर दे कुछ बोलां करके हुण विवाद हो गया।